ਸਤਿ ਸ੍ਰੀ ਅਕਾਲ। ਇੱਕ ਤੋਂ ਨੁਕਤਾ ਜੀ ਸਾਡੇ ਕੋਲੇ ਦੇਸੀ ਨੁਕਤਾ। ਇੱਕ ਟੀਵੀ ਹੋਈ ਹੋਵੇ ਕਿਸੇ ਨੂੰ ਪਹਿਲੇ ਦਰਜੇ ਦੇ ਹੋਈ ਹੋਈ ਹੋਵੇ ਉਹਦਾ ਇਲਾਜ ਆ ਜੀ। ਬਾਕੀ ਖੰਘ ਜ਼ੁਕਾਮ ਨੂੰ ਵੀ ਇਹ ਚੀਜ਼ ਜਿਹੜੀ ਦੱਸ ਰਹੇ ਹਾਂ ਤੁਹਾਨੂੰ, ਨਜ਼ਲਾ ਕਿੰਨਾ ਪੁਰਾਣੇ ਤੋਂ ਪੁਰਾਣਾ ਹੋਵੇ, ਪਿੱਪਲ ਦੀ ਰਾੜੀ ਹੋਵੇ, ਪਿੱਪਲ ਦੀ ਰਾੜੀ ਪੀਸ ਕੇ ਪਾਊਡਰ ਬਣਾ ਕੇ ਛਾਵੇਂ ਸੁਕਾ ਕੇ ਪਾਊਡਰ ਬਣਾ ਕੇ ਦੁੱਗਣੀ ਦੇਸੀ ਖੰਡ ਪਾਈ ਹੋਵੇ, ਉਹ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੁੱਧ ਨਾਲ ਲੈਣੀ ਹੈ। ਇਹ ਸਭ ਠੀਕ ਹੁੰਦਾ ਜੀ, ਠੰਡ ਜ਼ੁਕਾਮ ਜੋ ਵੀ ਹੋਵੇ। 12ਵੇਂ ਮਹੀਨੇ ਚ ਲੈਣਾ ਜੀ ਇਹ। ਬਸ ਜੀ।